ਵਾਹਿਗੁਰੂ जी का खालसा वाहगुरु जी की फतेह। पार्क बड़ी सोहनी वेखण नूं लगदी है, पर असल च जिथे असीं खड़े हाँ इत्थे कोई छोटी मोटी पार्क नहीं आ, इत्थे सारी धरती ही पार्क वर्गी है। पिछे बदल हन, हरियाली बहुत ज़्यादा, पहाड़ी। दो दिनों तो मीह पै रहा। तुहानूं वीडियो देख के लगेगा कि लेह लद्दाख ही है, असीं नहीं, उत्थों आण के कुछ दिन आराम हो गया। ਹੁਣ ਨਵੀਂ ਯਾਤਰਾ ਦੇ ਉੱਤੇ ਮਹਾਰਾਜ ਲੈ ਕੇ ਚੱਲੇ ਹਨ। ਕਿੱਧਰ ਨੂੰ ਚੱਲੇ ਹਨ ਇਹ ਤੁਹਾਡੇ ਨਾਲ ਸਾਂਝ ਅੱਗੇ ਪਾਉਂਦੇ ਹਾਂ। ਜਿੱਥੇ ਅਸੀਂ ਖੜੇ ਹਾਂ ਇਹਨੂੰ ਕਹਿੰਦੇ ਨੇ ਹਿਮਾਚਲ, ਜਿੱਧਰ ਤੁਸੀਂ ਦੇਖ ਰਹੇ ਉਹਨੂੰ ਕਹਿੰਦੇ ਨੇ ਹਰਿਆਣਾ। ਇਹ ਜਿਹੜਾ ਤੁਸੀਂ ਸਾਰਾ ਨਜ਼ਾਰਾ ਦੇਖ ਰਹੇ ਇਹ ਹੈ ਸਾਰਾ ਪੰਜਾਬ ਪੁਰਾਣਾ। ਆਹ ਥਾਂ ਜਿੱਥੇ ਅਸੀਂ ਹੁਣ ਖੜੇ ਹਾਂ ਪਿੱਛੋਂ ਢਿੱਗ ਥੋੜੀ ਜਿਹੀ ਡਿੱਗ ਚੁੱਕੀ ਹੈ। ਪਹਿਲਾਂ ਇੱਧਰ ਥੋੜਾ ਰਸਤਾ ਬੰਦ ਕੀਤਾ ਹੋਇਆ, ਇਹ ਰਸਤਾ ਵੀ ਵਨ ਵੇ ਕੀਤਾ ਹੋਇਆ ਵਾ। ਇੱਕ ਪਾਸੇ ਢਿੱਗਾਂ ਬਹੁਤ ਡਿੱਗ ਰਹੀਆਂ ਵਾ ਬਾਰਿਸ਼ ਦੇ ਨਾਲ। ਆ ਘੋੜਾ ਪੂਰਾ ਰੈਡੀ ਖੜਾ ਹੈ। ਹੁਣ ਤੁਸੀਂ ਕਹੋਗੇ ਜੇ ਇੱਕ ਘੋੜਾ ਵਾ ਤੇ ਇਹਦਾ ਸਾਥੀ ਕਿੱਥੇ ਆ? ਜਤਨ ਸਿੰਘ ਹੁਣੀ ਨਹੀਂ ਹਨ ਇਸ ਯਾਤਰਾ ਦੇ ਵਿੱਚ। ਕੱਲ ਤੋਂ ਜਿਹੜੀ ਸ਼ੁਰੂ ਹੋਈ ਸੀਗੀ ਉਸ ਦੇ ਵਿੱਚ ਅਸੀਂ ਇਕੱਲੇ ਹੀ ਚੱਲ ਰਹੇ ਹਾਂ। ਕੱਲ ਅਸੀਂ ਬਹੁਤ ਸੋਹਣਾ ਵਲੌਗ ਬਣਾ ਸਕਦੇ ਸੀ, ਉਹ ਅਸੀਂ ਨਹੀਂ ਬਣਾਇਆ, ਉਹਦੇ ਲਈ ਅਸੀਂ ਮਾਫੀ ਮੰਗਦੇ ਹਾਂ। ਅੱਗੇ ਕਿੱਧਰ ਜਾ ਰਹੇ ਹਾਂ ਉਹ ਤੁਹਾਡੇ ਨਾਲ ਬਾਅਦ 'ਚ ਖੁਲਾਸਾ ਕਰਦੇ ਹਾਂ। थोड़ी गुरबाणी की भी अज सांझ पानी है। ये मीह जो पैंदा है तो गुरबाणी च की लिखा है कि कौन सुखी हुंदा है मीह दे नाल ते कौन दुखी हुंदा है। वो गल आपां मोटरसाइकिल ते जाके करदे हां। कल भी असी सारा दिन व्लॉग नहीं बनाया, अज भी नहीं बनाया, ते हुण शाम दे 6:45 वज चुके आ। सिर्फ 15-20 किलोमीटर होर सफ़र असी करना। आओ नाले हुण अगे नज़ारे जिहड़े अगे आउणे हन पहाड़ां दे वो देखदे हां, नाले थोड़ी गुरबाणी की गल करते हैं। सौण का महीना है, आंदा बड़ा पसीना है, पर जदों मीह पैंदे ने शरीर च जान पै जांदी है। आ वेखो खब्बे हत्थ भी टिग बहुत शार्प जिहड़ी डिग्गी सीगी, रस्ता बंद ब्लॉक कीता उन्हें। हुण भी रस्ता ब्लॉक है, ट्रैफिक तुहानूं अगे खलोता मिल जाएगा। आ वेखो बदल, आ थल्लेों उपर नूं बदल जा रहे आ ਜਿਹੜੇ ਪਹਾੜ ਨਾਲ ਵੱਜ ਕੇ ਉੱਪਰ ਚੜ ਰਹੇ ਆ। ਕਿਆ ਬਾਤ ਹੈ, ਦੋਵੇਂ ਰਾਹ ਤੁਸੀਂ ਲੱਲਣੇ ਆ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਮਲਹਾਰ ਰਾਗ ਵਿੱਚ ਕਹਿੰਦੇ ਹਨ, ਸ਼ਲੋਕ ਮਹੱਲਾ ਪਹਿਲਾ, ਕਹਿੰਦੇ ਨਾਨਕ ਸਾਵਣ ਜੇ ਵਸੈ, ਵਸੈ ਦਾ ਮਤਲਬ ਵਰਸੈ। ਕਹਿੰਦੇ ਜੇ ਸੌਣ ਚ ਮੀਂਹ ਪਵੇ ਚੋਂ ਉਮਾਹਾ ਹੋਏ। ਉਮਾਹ ਹੁੰਦਾ ਖੁਸ਼ੀ, ਚਾਹ, ਸੁੱਖ। ਚੋਂ, ਚੋਂ ਦਾ ਮਤਲਬ ਚਾਰ। ਕਹਿੰਦੇ ਚਾਰ ਜਣੇ ਉਹ ਹਨ ਜਿਨ੍ਹਾਂ ਨੂੰ ਖੁਸ਼ੀ ਹੁੰਦੀ ਹੈ। ਨਾਨਕ ਸਾਵਣ ਜੇ ਵਸੈ ਚਹੁ ਉਮਾਹਾ ਹੋਏ। ਆ ਵੇਖੋ ਇੱਥੇ ਵੀ ਸਾਰੀ ਪਹਾੜੀ ਡਿੱਗੀ ਉੱਪਰੋਂ ਖੱਬੇ ਹੱਥ। ਨਾਗਾ ਮਿਰਗਾ ਮੱਛੀਆਂ ਰਸੀਆਂ ਘਰ ਧਨ ਹੋਏ। ਕਹਿੰਦੇ ਨਾਗਾਂ ਨੂੰ, ਸੱਪਾਂ ਨੂੰ, ਜਿਨ੍ਹਾਂ ਨੂੰ ਮੀਂਹ ਪੈਂਦਾ ਹੈ ਤੇ ਸੱਪ ਫਿਰ ਖੇਲਣ ਲੱਗ ਪੈਂਦੇ ਹਨ। ਪਾਣੀ ਵੀ ਮਿਲਦਾ ਹੈ, ਕੁਦਰਤੀ ਜੇ ਔੜ ਲੱਗੀ ਹੈ, ਪਰ ਸਭ ਤੋਂ ਵੱਡੀ ਗੱਲ ਆ ਅੱਜ ਕੱਲ੍ਹ ਦੇ ਦਿਨਾਂ ਵਿੱਚ ਸੱਪ ਵੀ ਖੇਡਦੇ ਹਨ। ਮਿਰਗਾਂ, ਹਿਰਨਾਂ ਨੂੰ, ਮੱਛੀਆਂ ਨੂੰ ਰਸੀਆਂ ਘਰ ਧਨ ਹੋਏ। ਉਹ ਲੋਕ ਜਿਨ੍ਹਾਂ ਨੂੰ ਰਸਾਂ ਦਾ ਸਵਾਦ ਹੁੰਦਾ ਹੈ ਤੇ ਜਿਨ੍ਹਾਂ ਕੋਲ ਮਾਇਆ ਹੁੰਦੀ ਹੈ ਉਹ ਰਸ ਭੋਗਣ ਵਾਸਤੇ। ਹੁਣ ਗਰੀਬ ਨੇ ਕੀ ਰਸ ਭੋਗਣਾ? ਅਮੀਰ ਬੰਦਾ ਹੈ, ਮੀਂਹ ਪਿਆ ਹੈ, ਘਰੇ ਛੁੱਟੀ ਕਰਕੇ ਬੈਠਾ, ਕਹਿੰਦਾ ਪਕੌੜੇ ਬਣਾ ਲਓ ਜੀ, ਆਹ ਖਾਈਏ, ਮਾਲ ਪੂੜੇ ਬਣਾ ਲਓ ਜੀ। ਤੇ ਜਿਹੜੇ ਫਿਰ ਹੋਰ ਵਕਾਰਾਂ 'ਚ ਖੱਚਤ ਹੋਣ ਵਾਲੇ ਆ ਉਹ ਫਿਰ ਕਹਿੰਦੇ ਆ ਜੀ ਇਹ ਪੈਗ ਲਾਉਣ ਦਾ ਬਹਾਨਾ ਹੈ। ਮੌਸਮ ਕਹਿੰਦੇ ਬੜਾ ਵਧੀਆ, ਚਲੋ ਪੈਗ ਲਾਈਏ। ਉਹ ਭਾਈ ਮੌਸਮ ਵਧੀਆ ਤੇ ਗੁਰਬਾਣੀ ਵੀ ਤੇ ਪੜ੍ਹੀ ਜਾ ਸਕਦੀ ਹੈ ਨਾ। ਉਹ ਮੌਸਮ ਸ਼ਰਾਬ ਬਣਾਉਣ ਵਾਲਿਆਂ ਤੇ ਵਧੀਆ ਕੀਤਾ ਨਹੀਂ, ਮੌਸਮ ਵਧੀਆ ਕੀਤਾ ਉਸ ਪਰਮੇਸ਼ਰ ਨੇ ਤੇ ਉਹਦਾ ਹੀ ਧੰਨਵਾਦ ਕਰ ਲਈਏ। ਅਸੀਂ ਹੁਣ ਥੋੜਾ ਪਹਾੜਾਂ 'ਚ ਆ ਗਏ, ਇੱਥੇ ਵੈਸੇ ਹੀ ਹੁਣ ਹਵਾ ਠੰਡੀ ਹੋ ਗਈ ਆ। ਇਹ ਤੇ ਉਹਨਾਂ ਦੀ ਗੱਲ ਗੁਰੂ ਸਾਹਿਬ ਨੇ ਕੀਤੀ ਜਿਹੜੇ ਖੁਸ਼ ਹੁੰਦੇ ਹਨ ਮੀਂਹ ਪੈਣ ਤੇ। ਫਿਰ ਮਹਾਰਾਜ ਅਗਲੇ ਹੀ ਸ਼ਲੋਕ ਦੇ ਵਿੱਚ ਕਹਿੰਦੇ ਹਨ ਕਿ ਜਿਨ੍ਹਾਂ ਨੂੰ ਮੀਂਹ ਪੈਣ ਨਾਲ ਦੁੱਖ ਹੁੰਦਾ ਹੈ ਉਹ ਕੌਣ ਹਨ? ਨਾਨਕ ਸਾਵਣ ਜੇ ਵਸੈ ਚਹੁ ਵਿਛੋੜਾ ਹੋਏ। ਕਹਿੰਦੇ ਗੁਰੂ ਨਾਨਕ ਦੇਵ ਸਾਹਿਬ ਜੀ ਜੇ ਸੌਣ ਵਸੇ ਤੇ ਚਾਰ ਜਾਣਿਆਂ ਨੂੰ ਵਿਛੋੜਾ ਹੁੰਦਾ ਹੈ, ਦੁੱਖ ਹੁੰਦਾ ਹੈ। ਵਿਛੋੜੇ ਦਾ ਮਤਲਬ ਇੱਥੇ ਦੁੱਖ ਹੈ। ਗਾਈ ਪੁੱਤਾਂ ਨਿਰਤਨਾ ਪੰਥੀ ਚਾਕਰ ਹੋਏ। ਕਹਿੰਦੇ ਗਾਈ ਪੁੱਤਾਂ, ਪਹਿਲਾਂ ਜਦੋਂ ਜ਼ਮੀਨ ਸੁੱਕੀ ਸੀਗੀ ਉਦੋਂ ਹੱਲ ਨਹੀਂ ਵਾਹਿਆ ਜਾਂਦਾ, ਮੀਂਹ ਪੈ ਕੇ ਜ਼ਮੀਨ ਪੋਲੀ ਹੋ ਗਈ। ਹੁਣ ਕੀ ਹੋਣਾ? ਗਾਈ ਦੇ ਪੁੱਤਰ ਬਲਦਾਂ ਨੂੰ ਜੋਇਆ ਜਾਣਾ ਜ਼ਮੀਨ ਵਾਉਣ ਵਾਸਤੇ। ਸੋ ਇਹਨਾਂ ਲਈ ਮੀਂਹ ਦੁੱਖ ਲੈ ਕੇ ਆਇਆ ਹੈ ਕਿਉਂਕਿ ਹੁਣ ਇਹਨਾਂ ਨੂੰ ਮਿਹਨਤ ਕਰਨੀ ਪੈਣੀ। ਦੂਜਾ ਗੁਰੂ ਜੀ ਕਹਿੰਦੇ ਹਨ ਨਿਰਤਨਾ, ਨਿਰਧਨ ਉਹ ਜਿਨ੍ਹਾਂ ਕੋਲ ਮਾਇਆ ਨਹੀਂ ਹੈਗੀ। ਹੁਣ ਉਹ ਵਿਚਾਰਿਆਂ ਨੇ ਤੇ ਜਾਣਾ ਸੀਗਾ ਕਿਤੇ ਦਿਹਾੜੀ ਦੱਪਾ ਕਰਨ, ਆਪਣੇ ਲਈ ਥੋੜੀ ਬਹੁਤੀ ਮਾਇਆ ਕਮਾਉਣ। ਮੀਂਹ ਪੈਣ ਦੇ ਨਾਲ ਕੰਮ ਰੁਕ ਗਏ, ਉਹਨਾਂ ਨੂੰ ਵੀ ਮਾਇਆ ਨਾ ਮਿਲੀ, ਉਹ ਦੁਖੀ ਹੋਏ, ਪੰਥੀ ਚਾਕਰ ਹੋਏ। ਪੰਥੀ ਕੀ ਹੁੰਦਾ ਜੀ? ਪੰਦੀ। ਜਿਵੇਂ ਅਸੀਂ ਹੁਣ ਰਸਤੇ ਤੇ ਜਾ ਰਹੇ ਹਾਂ, ਰਸਤੇ ਦਾ ਪੰਦੀ, ਮੀਂਹ ਪੈਣ ਦੇ ਨਾਲ ਰਸਤੇ 'ਚ ਰੁਕਾਵਟਾਂ ਆ ਜਾਂਦੀਆਂ ਹਨ, ਤੇ ਜਦੋਂ ਰੁਕਾਵਟਾਂ ਹੁੰਦੀਆਂ ਫਿਰ ਪੰਥੀਆਂ ਨੂੰ ਦੁੱਖ ਸਹਿਣਾ ਪੈਂਦਾ। ਅਖੀਰਲੀ ਚੌਥੀ ਉਦਾਹਰਨ ਗੁਰੂ ਸਾਹਿਬ ਦਿੰਦੇ ਹਨ, ਚਾਕਰ। ਚਾਕਰ ਹੁੰਦਾ ਵਾ ਨੌਂਕਰ। ਹੁਣ ਅਮੀਰ ਬੰਦਾ ਤੇ ਬਹਿ ਗਿਆ ਚੌਕੜਾ ਮਾਰ ਕੇ, ਬਣਾ ਭਾਈ ਪਕੌੜੇ, ਬਣਾ ਭਾਈ ਆ ਲਿਆ। ਬਾਜ਼ਾਰ 'ਚੋਂ ਵੀ ਲੈਣ ਨੌਕਰ ਨੂੰ ਜਾਣਾ ਪੈਂਦਾ ਹੈ, ਤਾਂ ਬਣਾਉਣਾ ਵੀ ਨੌਕਰ ਨੂੰ ਤਿਆਰ ਕਰਨਾ ਪੈਂਦਾ ਹੈ। ਇਹ ਗੁਰੂ ਸਾਹਿਬ ਨੇ ਚਾਰ ਜਾਣਿਆਂ ਦੀ ਗੱਲ ਕੀਤੀ ਜਿਹੜੇ ਖੁਸ਼ ਹੁੰਦੇ ਹਨ, ਤੇ ਚਾਰਾਂ ਦੀ ਗੱਲ ਕੀਤੀ ਜਿਹੜੇ ਦੁਖੀ ਹੁੰਦੇ ਹਨ। ਨਾਨਕ ਸਾਵਣ ਜੇ ਵਸੈ ਚਹੁ ਉਮਾਹਾ ਹੋਏ, ਨਾਗਾ ਮਿਰਗਾ ਮੱਛੀਆਂ ਰਸੀਆਂ ਘਰ ਤਨ ਹੋਏ। ਨਾਨਕ ਸਾਵਣ ਜੇ ਵਸੈ ਚਹੁ ਵਿਛੋੜਾ ਹੋਏ, ਗਾਈ ਪੁੱਤਾਂ ਨਿਰਤਨਾ ਪੰਥੀ ਚਾਕਰ ਹੋਏ। ਜਿੱਧਰ ਉਹ ਲੈ ਜਾਵੇਗਾ ਉਧਰ ਨੂੰ ਜਾਵਾਂਗੇ, ਜੋ ਸਾਨੂੰ ਵਿਖਾਵੇਗਾ ਤੁਹਾਨੂੰ ਵੀ ਵਿਖਾਵਾਂਗੇ। ਜਿੱਥੇ ਦਰਸ਼ਨ ਕਰਾਵੇਗਾ ਤੁਹਾਡੇ ਨਾਲ ਸਾਂਝ ਪਾਵਾਂਗੇ। ਪਰ ਉਸ ਤੋਂ ਪਹਿਲਾਂ ਇੱਕ ਗੱਲ ਤੁਹਾਨੂੰ ਵੀ ਮਨਾਵਾਂਗੇ। ਦ੍ਰਿਸ਼ ਇੱਥੇ ਵੀ ਬਹੁਤ ਸੋਹਣਾ ਵਾ। ਆ ਦੇਖਿਆ, ਅਸੀਂ ਸਾਰਾ ਹੀ ਉਲਟੇ ਰਾਹ ਜਾ ਰਹੇ ਹਾਂ। ਉਹ ਰਸਤਾ ਬੰਦ ਕੀਤਾ ਹੋਇਆ ਪਹਾੜੀਆਂ ਦੇ ਕਰਕੇ, ਡਿੱਗਣ ਦਾ ਚਾਂਸ ਆ ਬਹੁਤ ਜ਼ਿਆਦਾ, ਕਿਉਂਕਿ ਮੀਂਹ ਬਹੁਤ ਪਏ ਆ ਤੇ ਪਹਾੜੀਆਂ ਸਾਰੀਆਂ ਹੀ ਕੱਚੀਆਂ ਹਨ। ਹੁਣ ਵੀ ਤੁਸੀਂ ਦੇਖੋਗੇ ਆਹ ਸਾਰੀ ਨਵੀਂ ਢਿੱਗ ਡਿੱਗੀ ਹੋਈ ਹੈ ਕਿਤੇ, ਆਹ ਜਿੱਥੇ ਘਾਹ ਨਹੀਂ ਹੈਗਾ ਹੁਣ ਆਹ ਦੇਖੋ ਢਿੱਗ ਸਾਰੀ ਦਿਖਾਈ ਦੇ ਰਹੀ ਆ, ਤੇ ਅਜੇ ਵੀ ਪੱਥਰ ਜਿਹੜੇ ਸੜਕ ਤੇ ਦੂਜੀ ਪਾਸੇ ਕਾਫੀ ਪਏ ਹਨ। ਸੋ ਗੱਲ ਤੁਹਾਨੂੰ ਕੀ ਮਨਾਉਣੀ ਹੈ, ਅਸੀਂ ਤੇ ਬੇਨਤੀ ਕਰਨੀ ਹੈ, ਮੰਨਣੀ ਤੁਸੀਂ ਕਿ ਨਹੀਂ ਉਹ ਇਹ ਆ ਕਿ ਚੈਨਲ ਨਿਸ਼ਾਨ ਸਿੰਘ ਆਸਟ੍ਰੇਲੀਆ ਆਪਣੇ ਬਾਕੀਆਂ ਦੇ ਨਾਲ ਵੀ ਸ਼ੇਅਰ ਕਰੋ, ਵੀਡੀਓ ਜ਼ਰੂਰ ਸ਼ੇਅਰ ਜ਼ਰੂਰ ਕਰਿਆ ਕਰੋ, ਲਾਈਕ ਜ਼ਰੂਰ ਕਰਿਆ ਕਰੋ, ਕਮੈਂਟ ਜ਼ਰੂਰ ਕਰਿਆ ਕਰੋ। ਇਹਦੇ ਨਾਲ ਵੀਡੀਓ ਹੋਰ ਭੈਣਾਂ ਭਰਾਵਾਂ ਤੱਕ ਪਹੁੰਚਣ ਦੀ ਵੀ ਮਦਦ ਮਿਲਦੀ ਹੈ। ਹੁਣ ਆ ਠੰਡੀਆਂ ਪਹਾੜੀਆਂ ਦੇ ਵਿੱਚ ਜਿਹੜਾ ਨਾ ਮੌਸਮ ਬਹੁਤ ਸਾਫ਼ ਹੈ ਇਸ ਵੇਲੇ। ਅਸੀਂ ਜਾ ਰਹੇ ਹਾਂ ਜੀ ਕਸੌਲੀ, ਚੰਡੀਗੜ੍ਹ ਪਿੱਛੇ ਰਹਿ ਗਿਆ ਤੇ ਕਸੌਲੀ ਬਹੁਤ ਲਾਗੇ ਆ ਗਿਆ ਹੁਣ। ਅੱਛਾ, ਹੁਣ ਤੁਸੀਂ ਇਹ ਦੱਸੋ ਕਿ ਵੀਡੀਓ ਦੇਖ ਕੇ ਸਾਡੇ ਦੱਸਣ ਤੋਂ ਪਹਿਲਾਂ ਪਹਿਲਾਂ ਕਿਹਨੂੰ ਪਤਾ ਲੱਗ ਗਿਆ ਸੀਗਾ ਕਿ ਅਸੀਂ ਕਿੱਧਰ ਜਾ ਰਹੇ ਹਾਂ? ਦੂਜਾ ਕਮੈਂਟ ਤੁਸੀਂ ਇਹ ਕਰਨਾ, ਜੇ ਤੁਸੀਂ ਕਿਸੇ ਨੂੰ ਚੈਨਲ ਰਿਕਮੈਂਡ ਕਰਦੇ ਹੋ, ਜਾਂ ਤੁਸੀਂ ਕਿਸੇ ਨੂੰ ਸਬਸਕ੍ਰਾਈਬ ਕਰਾਉਂਦੇ ਹੋ, ਜਾਂ ਤੁਸੀਂ ਸ਼ੇਅਰ ਕਰਦੇ ਹੋ, ਕਮੈਂਟ 'ਚ ਜ਼ਰੂਰ ਦੱਸੋ, ਤਾਂ ਜੋ ਸਾਨੂੰ ਵੀ ਪਤਾ ਲੱਗੇ ਕਿ ਕੌਣ ਹਨ ਜਿਹੜੇ ਸਾਡੇ ਆਖੇ ਲੱਗਦੇ ਹਨ ਤੇ ਸਾਡੇ ਅੱਗੇ ਲੱਗ ਕੇ ਸੇਵਾਵਾਂ ਦੇ ਵਿੱਚ ਹਿੱਸਾ ਪਾਉਣਾ ਚਾਹੁੰਦੇ ਹਨ। ਸੰਗਤ ਜੀ, ਵੀਡੀਓ ਬਣਾਉਣ ਦੇ ਵਿੱਚ ਮਿਹਨਤ ਬਹੁਤ ਲੱਗਦੀ ਹੈ, ਤੇ ਗੁਰੂ ਸਾਹਿਬ ਦਾ ਸ਼ੁਕਰ ਹੈ ਕਿ ਉਹ ਸਾਨੂੰ ਤੰਦਰੁਸਤੀ ਬਖਸ਼ ਕੇ ਮਿਹਨਤ ਕਰਾਉਂਦੇ ਹਨ। ਪਰ ਆਪ ਜੀ ਜੇ ਥੋੜ੍ਹਾ ਜਿਹਾ ਸ਼ੇਅਰ ਕਰ ਦਵੋ, ਹੋਰ ਕਿਸੇ ਭੈਣ ਭਰਾ ਦੇ ਨਾਲ ਸਾਂਝ ਪੈ ਜਾਵੇ, ਹੋ ਸਕਦਾ ਗੁਰੂ ਸਾਹਿਬ ਦੀ ਗੱਲ ਉਹਨਾਂ ਨੂੰ ਹੀ ਚੰਗੀ ਲੱਗੇ। ਇਹ ਹਾਈਵੇ ਹੈਗਾ ਜੀ ਚੰਡੀਗੜ੍ਹ ਤੋਂ ਸ਼ਿਮਲੇ ਵਾਲਾ, ਤਾਂ ਹੀ ਇੱਥੇ ਰੋਡ ਬਹੁਤ ਵਧੀਆ ਬਣੀ ਹੋਈ ਹੈ। ਇਹੋ ਜਿਹੇ ਰਸਤੇ ਤੇ ਗੱਡੀ ਮੋਟਰਸਾਈਕਲ ਚਲਾਉਣ ਦਾ ਬਹੁਤ ਮਜ਼ਾ ਆਉਂਦਾ ਹੈ, ਸੜਕ ਵਧੀਆ। ਅੱਜ ਜਦੋਂ ਤੁਸੀਂ ਸਾਨੂੰ ਇਸ ਰੂਟ 'ਚ ਦੇਖਿਆ ਹੋਣਾ, ਪਹਿਲਾਂ ਤਾਂ ਇਹੀ ਲੱਗਾ ਹੋਣਾ ਕਿ ਲੇਹ ਲਦਾਖ ਵੱਲ ਦੀ ਵੀਡੀਓ ਹੈ। ਸੋਲਨ 21 ਕਿਲੋਮੀਟਰ ਲਿਖਿਆ ਇੱਥੋਂ, ਸ਼ਿਮਲਾ ਜਿਹੜਾ ਤਕਰੀਬਨ 60 ਕਿਲੋਮੀਟਰ ਹੈ ਇੱਥੋਂ। 7:15 ਹੋ ਗਏ ਆ, ਹਨੇਰਾ ਹੁਣ ਛੇਤੀ ਹੋ ਜਾਣਾ ਵਾ, ਤਕਰੀਬਨ ਸੂਰਜ ਡੁੱਬ ਚੁੱਕਾ ਵਾ। ਗੁਰਬਾਣੀ ਦੀ ਸਾਂਝ ਪਾਉਣੀ ਬਹੁਤ ਜ਼ਰੂਰੀ ਹੈ। ਜਿਵੇਂ ਅਸੀਂ ਰੋਟੀ ਖਾਂਦੇ ਹਾਂ, ਜੇ 2 ਟਾਈਮ 3 ਟਾਈਮ 4 ਟਾਈਮ ਅਸੀਂ ਨਹੀਂ ਉਹ ਤੋਂ ਬਿਨਾਂ ਰਹਿ ਸਕਦੇ, ਕੋਈ ਚਾਹ ਦੁੱਧ ਪੀਂਦੇ ਹਾਂ 2-3 ਟਾਈਮ ਤੋਂ ਬਿਨਾਂ ਨਹੀਂ ਰਹਿ ਸਕਦੇ। ਗੁਰਬਾਣੀ ਦੀ ਵੀ ਸਾਡੀ ਰੁਟੀਨ ਹੋਣੀ ਚਾਹੀਦੀ ਹੈ। ਗੁਰੂ ਸਾਹਿਬ ਦਾ ਹੁਕਮ ਹੈ ਨਿਤਨੇਮ, ਸਵੇਰੇ ਅੰਮ੍ਰਿਤ ਵੇਲੇ, ਸ਼ਾਮ ਨੂੰ ਰਹਿਰਾ ਸਾਹਿਬ, ਤੇ ਸੌਣ ਲੱਗਿਆ ਸੋਹਿਲਾ ਸਾਹਿਬ, ਤੇ ਕੋਸ਼ਿਸ਼ ਸਾਡੀ ਹੋਣੀ ਚਾਹੀਦੀ ਹੈ ਇਹ 3 ਟਾਈਮਾਂ ਦੇ ਵਿੱਚੋਂ ਮਿਸ ਕੋਈ ਨਾ ਹੋਵੇ। ਢਿੱਗ ਡਿੱਗੀ ਮਿੱਟੀ, ਕੱਚੀ ਲਾਲ ਮਿੱਟੀ ਅਜੇ ਵੀ ਆ ਰਹੇ ਉੱਤੋਂ ਨਿੱਕੇ ਨਿੱਕੇ ਰੋੜੇ। ਸੋ ਜੇ ਅਸੀਂ ਪ੍ਰਸ਼ਾਦਾ ਨਹੀਂ ਛਕਾਂਗੇ, ਮਿਸ ਕਰਨ ਲੱਗ ਪਾਂਗੇ, ਸਾਡਾ ਸਰੀਰ ਕਮਜ਼ੋਰ ਵੀ ਹੋਣ ਲੱਗ ਪਏਗਾ ਤੇ ਰੋਗੀ ਹੋਣ ਲੱਗ ਪਏਗਾ। ਜੇ ਅਸੀਂ ਗੁਰਬਾਣੀ ਦੀ ਰੁਟੀਨ ਨਹੀਂ ਰੱਖਾਂਗੇ, ਸਾਡਾ ਮਨ ਕਮਜ਼ੋਰ ਹੋਣ ਲੱਗ ਪਏਗਾ ਤੇ ਮਨ ਵੀ ਰੋਗੀ ਹੋਣ ਲੱਗ ਪਏਗਾ। ਗੁਰਬਾਣੀ ਸੁਖ ਦਿੰਦੀ ਹੈ, ਹਰ ਕੋ ਨਾਮ ਸਦਾ ਸੁਖਦਾਈ। ਨਾਮ ਜਿਹੜਾ ਵਾ ਗੁਰਬਾਣੀ ਸਦਾ ਹੀ ਸੁਖਦਾਈ ਹੁੰਦੀ ਹੈ, ਉਹ ਨਹੀਂ ਦੁੱਖ ਦਿੰਦੀ, ਪਰ ਸਾਡੇ ਆਪਣੇ ਹੀ ਕਾਰਨ ਉਹ ਫਿਰ ਦੁੱਖ ਦਾ ਕਾਰਨ ਬਣ ਜਾਂਦੇ ਹਨ। अज की मंजिल ते पहुँच गए हैं जी। बाकी साथी भी साढ़े पहुँचण वाले हैं। अगले 4 दिन तकरीबन इत्थे ही रहण बसेरे होने हैं। तो जो भी गुरु साहब ने किरपा की तुहाडे नाल अगली वीडियो दे विच फिर इत्थों की सांझ पा आवांगे। भुल्लां माफ़ करनियां। वाहिगुरू जी का खालसा वाहिगुरू जी की फतेह।